Happy birthday to you. Happy birthday to you. Happy birthday. Happy birthday. Happy birthday. ਰਾਜੇ ਨੂੰ ਪਤਾ ਲੱਗ ਗਿਆ ਬੋਤਲ ਰੀਫਿਲ ਦਾ, ਦੁਬਾਰਾ ਫ੍ਰੀ ਲੱਭਣੀਆਂ। ਦੇਖੋ ਜੀ ਪਕਾਉਣੀ ਸ਼ੁਰੂ ਕਰਤੀ, ਹਜੇ ਸ਼ੁਰੂ ਕਰਤੀ ਪਹਿਲੇ ਤੂੰ। तो चलिए शुरू करते हैं। बिस्मिल्लाहिर्रहमानिर्रहीम, अस्सलाम वालेकुम, वेलकम बैक टू द न्यू ब्लॉग। दोस्तों एक मिनट, करने से पहले चैनल को सब्सक्राइब कर दें, बेल आइकन को प्रेस करें। दोस्तों आज हम लोग यहाँ पे हैं कोहिनूर सिटी, यहाँ पे जी हमारा दोस्त यार सचिन हसन, उसकी जी बर्थडे है, ठीक है। तो हम लोग आए हैं यहाँ से केक लेने लेयर से। काकर साहब क्या हाल चाल है, सेहत भी ठीक है? तो क्या केक लेने आए हो आज? की करना यार केक के लिए? हाय हसन, केक के लिए केक लेने आया यहाँ से। तो चलिए अंदर से केक शेक लेते हैं, फिर आपको यार शुगर मिला आज दिखाते हैं क्या क्या सेटअप इंतजाम किया हुआ। काकड़ा आया कहता इंतजाम पूरा रखना बर्थडे का, हाँ लेवल देख इंतजाम किया हुआ इसने। ये केक हैं जी सारे, चलो जी हो गई पेमेंट 2701। तो अभी ये हम लोग लेके आ गए हैं केक, तो जल्दी जाके सेटअप जो से करवा के आए ना वो आपको दिखाते हैं। हसन और राजा चले गए, राजा साइड पे बिठा लिया राजा ने हसन को, और हम लोग आपको सेटअप दिखाते हैं क्या सेटअप है आज बर्थडे का। काकर का कार्ड ही लेके आया खुला। चले जी आ चुके हैं जी फूड स्ट्रीट पे, केक लेके यहाँ से अंदर जाते हैं और आपको सेटअप दिखाएंगे पहले, ठीक है। आ गया जी बर्थडे बॉय, हाँ बच्चा आ गया जी बर्थडे वाला, बर्थडे वाला बच्चा आ गया, बर्थडे वाला वड्डा हो गया, बाथरूम जो वड्डे करनी आ जाओ। एक मिनट आया हसन दे अगे आ पुत्र अगे आ, इतने हवा आ जा आ, इतने हवा आ जी मजा आया सही है ना? मैंने पता नहीं, हां सरप्राइज, हां काकड़ की तरफ से काकड़ की तरफ से सरप्राइज था जी आपको, काकड़ पहले अरेंज करके हाँ कारीगर बंदा पूरा। ये बड़ी अच्छी बात कही है। हाँ जी राजा साहब, तुहानू किदां लगा? माहौल चेक करो तुसी, है ना? चलो फिर ठीक हो गया, हुण कोई आर्डर दवो यार, भुख लगी है। आर्डर नहीं है, हसन देगा जी आर्डर भाई, हसन दी हसन दी बर्थडे, हसन ही देगा। चिप्स का फ्राइज, रोटी की फ्राइज, ਆਧਾ ਹਿੱਸਾ ਆ ਚੁੱਕਾ ਜੀ। ਇਹ ਦੇਖੀ ਜੀ ਪਾਸਤਾ ਹੈ, ਕੁਰਕਰੇ ਲੱਗ ਰਹੇ ਕਾਕਰ ਸਾਹਿਬ, ਕੁਰਕਰੇ ਲਵਾ ਲੈਣੇ ਆ? ਕੁਰਕਰੇ ਪਤਾ ਨਹੀਂ ਅੱਲਾ ਮਾਫ਼ੀ ਦੇ ਕੀ ਲਾ।
ये भी पता नहीं क्या है ਬਾਕੀ ਮਜ਼ੇ ਵਾਲਾ ਕੰਮ ਹੈ ਇਨਸ਼ਾਅੱਲਾ ਖਾ ਕੇ ਪਿਆ ਹਾਂਜੀ ਜੋ ਗੇੜ ਆ ਜਿਸ ਦੇ ਉੱਪਰ ਨੀਚੇ ਕਰਦੇ ਨੇ ਉੱਪਰ ਨੀਚੇ ਕਰ ਹਸਨ ਆਰਡਰ ਲਵਾ ਫੇ ਇੰਟਾਇਰ ਮੈਨਿਊ 14th ਸਟਰੀਟ ਲਵਾ ਦੇ ਅੱਜ ਪੱਕੀ ਵਾਰ ਹਾਂ ਮੈਨਿਊ ਹਸਨ ਲਵਾ ਦੇ ਜੇ ਤੂੰ ਨਾ ਖਾਦਾ ਤੇ ਤੂੰ ਬਿੱਲ ਦੇਣਾ ਹੈ ਹਾਂ ਮੈਂ ਖਾਵਾਂਗਾ ਸਾਰਾ ਖਾ ਲੋਕਾਂ ਨੂੰ ਖਾਵਾਂਗਾ ਲੋਕਾਂ ਨੂੰ ਤੂੰ ਆਪਣੀ ਗੱਲ ਕਰ ਯਾਰ ਇੰਟਾਇਰ ਛੱਡ ਦੇ ਹਾਫ ਮੈਨਿਊ ਵੀ ਖਾ ਲੈ ਖਾ ਲੈ ਯਾਰ ਮੈਂ ਇੱਕ ਪੀਜ਼ਾ ਇਹਨਾਂ ਦਾ ਖਾ ਲਾ ਮੇਰੀ ਬਹੁਤ ਹਿੰਮਤ ਆ ਮੇਰੇ ਕੋ ਨਹੀਂ ਖਾ ਹੁੰਦਾ ਪਾਰਟੀ ਬਦਲ ਲਿਆ ਖਾਣ ਚੀਜ਼ ਨੂੰ ਭੈਣਾ ਨੀ ਚਾਹੀਦਾ ਹੁੰਦਾ ਮਜ਼ੇਦਾਰ ਚਾਹੀਦਾ ਹੁੰਦਾ ਹਾਂਜੀ ਰਿਜ਼ਕ ਨੂੰ ਰਾਜੇ ਨੂੰ ਪਤਾ ਲੱਗ ਗਿਆ ਬੋਤਲ ਰੀਫਿਲ ਦਾ ਦੁਬਾਰਾ ਫ੍ਰੀ ਲੱਭਣੀ ਆ ਦੇਖੋ ਜੀ ਪਕਾਉਣੀ ਸ਼ੁਰੂ ਕਰਤੀ ਸ਼ੁਰੂ ਕਰਤੀ ਪਹਿਲੇ ਤੂੰ ਸਹੀ ਗੱਲ ਆ ਤੈਨੂੰ ਘਰ ਦੇ ਕੱਢ ਦੇ ਗਜਬ ਬੇਇੱਜ਼ਤੀ ਹੈ ਹੋਏ 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 ਆ ਗਿਆ ਹੈ ਜੀ ਪੀਜ਼ਾ ਰਾਜੇ ਪਕਾ ਦੇ ਬੋਤਲ ਪਹਿਲੇ ਫ੍ਰੀ ਫਿਲ ਕਰਾ ਲਈਏ ਹਾਏ ਸ਼ੁਰੂ ਕਰਤੇ ਹੈ ਓਏ ਓਏ ਵੇਲਾ ਬਹੁਤ ਸੱਚ ਪਹਿਲੇ ਤੂੰ ਖਾਣਾ ਅਗਰ ਕਿਹੜਾ ਦਮਾ ਤੈਨੂੰ ਭਾਈ ਆ ਹੀ ਦੇ ਰਹੇ ਮੈਂ ਤੈਨੂੰ ਬਲੌਗ ਇਧਰੋਂ ਯਾਦ ਆ ਗਿਆ ਬਲੌਗ ਮੈਂ ਕਿਹਾ ਯਾਰ ਬੋਸ ਦੀ ਬਰਥਡੇ ਆ ਅੱਜ ਫੇਰ ਜਰਾ ਸ਼ੁਕਰ ਮੇਰਾ ਲਾ ਲਈਏ ਤੂੰ ਛੱਡ ਦਾਂਗੇ ਹੁਣ ਤੇਰੀ ਸਾਰੀ ਦਾ ਵੀ ਬਣਾ ਲਾਂਗੇ ਤੇਰੀ ਛੱਡ ਕੇ ਸ਼ੁਰੂ ਕਰ ਤੂੰ ਇਹਦੀ ਕਿਹੜਾ ਦੂਰ ਚੱਲ ਤੂੰ ਬਕਵਾਸ ਕੋਈ ਏਰੀ ਆ ਇਹਦੇ ਵੀ ਹੈ ਛੱਡ ਦਾ ਜਾ ਜਾ ਫੇਰ ਆਰਡਰ ਲਾਊਗਾ ਫੁੱਲ ਭਾਰਨਾ ਇੱਥੇ ਜਦੋਂ ਗਏ ਫਾਈਨਲੀ ਇੰਤਜ਼ਾਮ ਖਾਣਾ ਛਾਣਾ ਫੁੱਲ ਮੰਡ ਕੇ ਖਾ ਲਿਆ ਪੀਜ਼ਾ ਖਾਣੇ ਵਾਲੀ ਕੀ ਕਰਦੀ ਆ ਵੀ ਕੇਕ ਖਾਣਾ ਸ਼ੁਰੂ ਕਰਦੀ ਹੈ ਸਾਰਾ ਸਾਰਾ ਖਾ ਕੇ ਜਾਣਾ ਹੈ ਕੇਕ ਮੈਂ ਕਿਹਾ ਜੀ ਐਂਡ ਲੈਵਲ ਮਜ਼ੇਦਾਰ ਆ ਲੇਅਰ ਦਾ ਕੇਕ ਹੋਵੇ ਅਤੇ ਮਜ਼ੇਦਾਰ ਨਾ ਹੋਵੇ ਇਹ ਕਿੱਥੇ ਲਿਖਿਆ ਹੈ ਹਾਂ ਇਹ ਗੱਲ ਸਹੀ ਆ ਪੈਸੇ ਜਮਾਂ ਲੱਗਦਾ ਖਾਣਾ ਛਾਣਾ ਖਾ ਲਿਆ ਬਹੁਤ ਚਸ ਆ ਗਈ ਆ ਖਾਣੇ ਦੀ ਠੀਕ ਹੈ ਕਾਕੜ ਸਾਹਿਬ ਬਹੁਤ ਚਸ ਕਰਾਤੀ ਤੁਸੀਂ ਅੱਜ ਅੱਲਾਹ ਅਖੀਰ ਕਰ ਦਿੱਤੀ ਆ ਅੱਲਾਹ ਆਪ ਕੋ ਹੋਰ ਵੱਡਾ ਕਰੇ ਕਰ ਦਿੰਦੇ ਰਹਿਣਾ ਮੋਟਾ ਕਰੇ ਹਾਂ ਰਾਜੇ ਕੋਈ ਦਵਾ ਦੇ ਦੇ ਬੱਚੇ ਨੂੰ ਯਾਰ ਯਾਰ ਬਿਸੀ ਕਰ ਰਹੇ ਸਾਲ ਗਿਰੇ ਵਾਲੇ ਬੱਚੇ ਦੀ ਅੱਛਾ ਕੀ ਦਵਾ ਦੇ ਦੀ ਆ ਕੀ ਦਵਾ ਦਿੱਤੀ ਜੇ ਅੱਛਾ ਠੀਕ ਆ ਕੋਈ ਨੀ ਆਪਾਂ ਚਲੀਏ ਠੀਕ ਆ ਲਾ ਫੇ ਜਦੋਂ ਗਾਇਸ ਫਾਈਨਲੀ ਜੀ ਘਰ ਆ ਚੁੱਕਾ ਸਕੂਨ ਕੇ ਸਾਥ ਬਾਕੀ ਅੱਜ ਬਾਈ ਬੁਰੀ ਹਾਲਤ ਹੋ ਗਈ ਆ ਮੱਤ ਵੱਜ ਗਈ ਗਰਮੀ ਬਹੁਤ ਜ਼ਿਆਦਾ ਸੀ ਤੋ ਇਸ ਵਜ੍ਹਾ ਨਾ ਹਾਲਾਤ ਜਜ਼ਬਾਤ ਬਦਲ ਜੀਏ ਬਾਕੀ ਜੀ ਇਨਸ਼ਾਅੱਲਾ ਨਾ ਹਮ ਲੋਕ ਨਵਾਂ ਵਲੌਗ ਬਣਾਏਗੇ ਨਏ ਵਲੌਗ ਮੇ ਨਏ ਚੈਲੰਜ ਇਨਸ਼ਾਅੱਲਾ ਸ਼ੁਕਰ ਮੇਲਾ ਹੋਗਾ ਆਪਕੇ ਲੀਏ ਦੇਖਨੇ ਕੇ ਲੀਏ ਤੋ ਬਾਕੀ ਜੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕੀਜੀਏਗਾ ਯਾਰ ਸ਼ੇਅਰ ਕਰੋ ਨਾ ਸਬਸਕ੍ਰਾਈਬਰ ਵਧਾਓ ਨਾ ਦਰਅਸਲ ਇੱਕ ਹਫ਼ਤਾ ਮੈਂ ਮਸਰੂਫ ਹੋ ਚੁੱਕਿਆ ਥਾ ਇਸ ਵਜ੍ਹਾ ਸੇ ਮੈਂ ਵਲੌਗ ਨਹੀਂ ਬਣਾ ਪਾਇਆ ਕਈ ਮਜਬੂਰੀਆਂ ਵੀ ਆ ਜਾਂਦੀਆਂ ਬੰਦੇ ਨੇ ਇਨਸਾਨ ਨੂੰ ਮਜਬੂਰੀ ਆ ਜਾਂਦੀ ਹੈ ਠੀਕ ਹੈ ਨਾ ਤੇ ਹੁਣ ਇਨਸ਼ਾਅੱਲਾ ਆਪਾਂ ਸ਼ੁਕਰ ਮੇਲਾ ਤੁਰ ਕੇ ਚੜਾ ਦਿਆਂਗੇ ਮੈਂ ਕਿਹਾ ਮੱਛੇ ਰੰਗ ਦਿਆਂਗੇ ਇਨਸ਼ਾਅੱਲਾ ਤੋਂ ਸਟੇ ਟਿਊਨ ਤੇ ਸ਼ੁਕਰ ਮੇਲਾ ਇਸੇ ਤਰ੍ਹਾਂ ਜਾਰੀ ਰਹੇਗਾ ਤੋ ਮਿਲਦੇ ਹਾਂ ਨੈਕਸਟ ਵਲੌਗ ਮੈਂ ਤਬ ਤੱਕ ਇਨਾ ਆਈ ਵਿਲ ਸੀ ਯੂ ਦੈਨ ਬਾਏ 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 ਅੱਲਾ ਹਾਫਿਜ਼